हाँ जी भाई जी सारे विरल पे शिकार मेरे सारे ठीक ठाक होंगे। अब आप खड़ेंगे पनीर बकरियों की मंडी के पनीर बकरियों की मंडी होंगी है पांच से भी तरीक न अपने नाल मौजूद ने इस समय पनीर बकरा मंडी के ओनर भगवान सिंह पनीर जी। भाई जी सत जी की हाल चाल है जी। सब तो पहला तो मैं लती राणा यूट्यूब चैनल धूरी का बहुत बहुत धन्यवाद करता। धन्यवाद जी। स्वागत है तुम्हारा भी साढ़े चैनल के उपर। बाकी देखने वाले भीर भीर का भी बहुत बहुत धन्यवाद करता। ठीक है भाई जी धन्यवाद जी। भाई जी अपनी मंडी की लोकेशन की है जी अपनी पक्की ये अपनी मंडी हैगी है जी जिला मंडी का बरनाला पैंदा जी। अच्छा बरनाला जिला है जी। हाँ तो यदि लोकेशन हैगी जी ये भीखी धनौला रोड से लगती है जी। भीखी तो भीखी बुढ़लाडा रोड से जी। भीखी धनौला रोड हाँ भीखी तो 9 किलोमीटर है जी धनौले तो 16 किलोमीटर है। ये रोड सीधा बुढ़लाडे में जाता जी बरनाले तो बुढ़लाडा। हाँ जी हाँ जी रोड के उत्ते मंडी लगती है नाल ही अपना होम नाल दे अपनी पहली है। ठीक है अपनी जमीन सड़ी हुई है जी नाल। ठीक है जी। जे आप बिना रेट की गल करिए अपनी मंडी दे विच की रेट रहिंदा बकरियां देखो जी जिन्ने का जानवर है जिन्ने का अपना जानवर हो अपन लगू भी इन्ने का जानवर तो उन्ने का जानवर बिकूगा। ये नहीं हूँ आप बकरी अपनी 10,000 की होगी मंगी आप 25 जाइए सही गल है वो तो फिर नहीं बिकता जी कहते साडा माल नहीं सेल होया किवें सेल होगा जी वो सही गल है जी। जे इतनी कीमत होगी उन्ना जान की मिलता है जिन्ना अपन को पता लगे इन्ने का माल आ ਉਹਨੇ ਦਾ ਮਾਲ ਸੇਲ ਹੋਊਗਾ ਜੀ। ਠੀਕ ਹੈ ਜੀ। ਤੇ ਆਪਣੇ ਮੰਡੀ ਦੇ ਵਿੱਚ ਕਿਹੜੀ ਕਿਹੜੀ ਬਰੀਡਾਂ ਆਪਣੀ ਮੰਡੀ ਦੇ ਵਿੱਚ ਆਉਂਦੀਆਂ ਨੇ ਉਰੇ ਜੀ? ਦੇਖੋ ਜੀ ਆਪਣੀ ਜਿਹੜੀ ਪੰਜਾਬ 'ਚ ਮੰਡੀਆਂ ਲੱਗਦੀਆਂ ਨੇ ਜ਼ਿਆਦਾਤਰ ਬੀਟਲ ਅਤੇ ਬਰਬਰੀ ਬਰਬਰੀ ਇਹੀ ਆਉਂਦੀਆਂ ਨੇ ਜੋ ਹੋਰ ਨੋਰਮਲ ਕੋਈ ਨਾਗ ਆ ਗਈ ਕੋਈ। ਠੀਕ ਹੈ ਜੀ। ਅਤੇ ਜੀ ਹੋਰ ਕੋਈ ਨਹੀਂ ਮਤਲਬ ਹੁਣ ਜਿਵੇਂ ਦੀਵਾਲੀ ਦਾ ਟਾਈਮ ਆ ਜੀ ਕਾਟੂ ਮਾਲ ਦੀ ਜਿਵੇਂ ਨਾ ਜ਼ਿਆਦਾ ਡਿਮਾਂਡ ਆ ਗਈ ਹੈ ਨਾ। ਹਾਂਜੀ ਹਾਂਜੀ ਆਪਣੀ ਮੰਡੀ 'ਚ ਆਉਂਦਾ ਕਾਟੂ ਮਾਲ ਕਾਟੂ ਮਾਲ ਵੱਧ ਹੋਣਾ ਜੀ। ਅੱਛਾ ਜੀ ਕਾਟੂ ਮਾਲ ਬੱਚੇ ਜੀ ਵਧੀਆ ਬਰੀਡਰ ਵਧੀਆ ਜੀ ਬੱਕਰੀਆਂ ਵਧੀਆ। ਠੀਕ ਹੈ ਕੱਦ ਕਾਠ ਦੀਆਂ ਵਧੀਆ ਮਤਲਬ ਸਾਰਾ ਤਰ੍ਹਾਂ ਦਾ ਮਾਲ ਜਿਹੜਾ ਜੇ ਮਰਜ਼ੀ ਮਾਲ ਲਓ ਜੀ। ਹਾਂਜੀ ਠੀਕ ਹੈ ਜੀ ਚਲੋ ਧੰਨਵਾਦ ਕਰਦੇ ਹਾਂ ਜੀ। ਤੇ ਆਪਾਂ ਇੱਕ ਹੋਰ ਮੰਡੀ ਕਰਨ ਜਾ ਰਹੇ ਹਾਂ ਬੁਲਾਉਣ ਜਾ ਰਹੇ ਹਾਂ 11ਵੇਂ ਮਹੀਨੇ ਦੇ ਯਾਨੀ ਕਿ ਨਵੰਬਰ ਦੇ ਵਿੱਚ ਅਗਲਾ ਮਹੀਨਾ ਨਵੰਬਰ ਹੀ ਆਊਗਾ ਜੀ ਜੀ। ਹਾਂਜੀ ਤੇ ਉਹਦੇ ਵਿੱਚ ਜੀ ਆਪਾਂ 5 ਤੇ 20 ਤਾਂ ਆਪਣੀ ਮੰਡੀ ਲੱਗਦੀ ਹੈ ਜੀ ਹਾਂਜੀ ਉਹ ਤੋਂ ਬਾਅਦ ਨਵੰਬਰ 'ਚ ਆਪਾਂ 28 ਤਰੀਕ ਦੀ ਮੰਡੀ ਇੱਕ ਹੋਰ ਕਰਨ ਜਾ ਰਹੇ ਹਾਂ 28 ਤਰੀਕ ਦੀ 5 20 28। ਠੀਕ ਹੈ ਜੀ। ਕਿੰਨੇ ਕਿੰਨੇ ਮੰਡੀਆਂ ਹੋਣਗੀਆਂ ਹੁਣ? 28 ਛੱਡ ਕੇ ਆਉਂਦੀ 28 ਨੂੰ ਮੰਡੀ ਪਧੇਰ ਬੱਕਰਾ ਮੰਡੀ ਲੱਗੂਗੀ ਜੀ। ਠੀਕ ਹੈ ਜੀ। ਲਓ ਜੀ ਬਾਈ ਜੀ ਨੋਟ ਕਰ ਲਓ ਨਵੰਬਰ ਦੇ ਵਿੱਚ 28 ਤਰੀਕ ਨੂੰ ਤੀਜੀ ਮੰਡੀ ਜਿਹੜੀ ਪਧੇਰ ਸਾਹਿਬ ਜੀ ਲਾਉਣ ਜਾ ਰਹੇ ਨੇ ਪਿੰਡ ਪਧੇਰ ਦੇ ਵਿੱਚ ਹੈ ਨਾ ਧਨੌਲਾ ਤੋਂ ਭੀਖੀ ਰੋਡ ਦੇ ਉੱਤੇ। ਠੀਕ ਹੈ ਜੀ। ਪ੍ਰਬੰਧ ਕਿਹੜੇ ਕਿਹੜੇ ਹੁੰਦੇ ਨੇ ਆਪਣੇ ਕੋਲ ਮੰਡੀ ਦੇ ਵਿੱਚ ਜੀ? ਦੇਖੋ ਜੀ ਪ੍ਰਬੰਧ ਗੁਰੂ ਦਾ ਲੰਗਰ ਟੁੱਟ ਪਤਾ ਹੈ ਜੀ। ਲੰਗਰ ਚੱਲਦਾ ਜੀ ਠੰਡੇ ਪਾਣੀ ਦਾ ਪ੍ਰਬੰਧ ਵਧੀਆ ਜੀ। ਠੀਕ ਹੈ ਜੀ। ਤੰਬੂਆਂ ਗਰਮੀਆਂ 'ਚ ਤੰਬੂਆਂ ਦੀ ਸਹੂਲਤ ਕੋਈ ਕਿਰਾਇਆ ਨਹੀਂ ਜੀ। ਕੋਈ ਕਿਰਾਇਆ ਨਹੀਂ ਕੋਈ ਕਿਰਾਇਆ ਨਹੀਂ ਤੰਬੂਆਂ ਦਾ ਬਾਬਾ ਜੀ ਦੇਖ ਸਕਦੇ ਹੋ ਇੱਕ ਚੰਗੀ ਇਹ ਗੱਲ ਹੈ ਵੀ ਤੰਬੂਆਂ ਦਾ ਕੋਈ ਵੀ ਕਿਰਾਇਆ ਨਹੀਂ ਹੁੰਦਾ ਹੈਗਾ ਸਾਰੇ ਤੰਬੂ ਫ੍ਰੀ ਹੁੰਦੇ ਨੇ ਨਾ ਆਪਣੇ ਸਭ ਫ੍ਰੀ ਲਾ ਕੇ ਦਿੰਦੇ ਆ ਜੀ। ਠੀਕ ਹੈ ਜੀ। ਬਸ ਕੋਈ ਕਿਰਾਇਆ ਨਹੀਂ ਕੋਈ ਮੋਟਰਸਾਈਕਲ ਦਾ ਕਿਰਾਇਆ ਨਹੀਂ ਕੋਈ ਗੱਡੀ ਦੀ ਪਰਚੀ ਨਹੀਂ ਕੁਛ ਨਹੀਂ ਕਾਸੇ ਦੀ ਪਰਚੀ ਨਹੀਂ ਜੀ। ਠੀਕ ਹੈ ਜੀ। ਬਸ ਇਕੱਲੇ ਜੋ ਹੋਰ ਮੰਡੀਆਂ ਦੀ ਪਰਚੀਆਂ ਲੱਗਦੀਆਂ ਨੇ ਆਪਾਂ ਉਹੀ ਪਰਚੀ ਲੈਂਦੇ ਹਾਂ ਬੱਕਰੀ ਦੀ ਬੱਕਰੀਆਂ ਦੀ ਆਉਣ ਜਾਣ ਦੀ ਕੋਈ ਪਰਚੀ ਹਾਂ ਉਹੀ ਲੈਂਦੇ ਜੀ ਬਸ। ਹਾਂ ਠੀਕ ਹੈ ਚਲੋ ਠੀਕ ਹੈ ਬਾਈ ਪਨੀਰ ਸਾਹਿਬ ਧੰਨਵਾਦ। ਧੰਨਵਾਦ ਜੀ ਧੰਨਵਾਦ। ਲਓ ਬਾਈ ਜੀ ਆਪਾਂ ਹੁਣ ਗੇੜਾ ਦਿੰਦੇ ਹਾਂਗੇ ਮੰਡੀ ਦੇ ਵਿੱਚ ਪੁੱਛਾਂਗੇ ਅੱਜ ਆਪਾਂ ਬੱਚਿਆਂ ਦੇ ਰੇਟ ਜਿਹੜੇ ਬਾਈ ਨਵਾਂ ਕੰਮ ਸਟਾਰਟ ਕਰਨਾ ਚਾਹੁੰਦੇ ਨਾ ਉਹ ਉਹਨਾਂ ਨੂੰ ਹੁੰਦਾ ਵੀ ਹਾਂ ਵੀ ਇੱਕ ਜਿਹੜਾ ਬੱਚਾ ਗਾ ਕਿੰਨੇ ਰੁਪਏ ਦੇ ਵਿੱਚ ਮਿਲਦਾ ਆਪਾਂ ਤੁਹਾਨੂੰ ਸਾਰਾ ਆਪਾਂ ਅੱਜ ਵੀਰਤ ਦੇ ਨਾਲ ਗੱਲਬਾਤ ਕਰਦੇ ਹਾਂ ਵੀ ਉਹ ਕਿੰਨੇ ਰੁਪਏ ਜਿਹੜੇ ਬੱਚੇ ਦੇ ਮੰਗ ਰਹੇ ਨੇ। ਬਣੇ ਰਹੋ ਵੀਡੀਓ ਦੇ ਵਿੱਚ ਚੱਲਦੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ। ਚਲੋ ਜੀ ਆਪਾਂ ਬਾਈ ਨਾਲ ਗੱਲਬਾਤ ਕਰਦੇ ਹਾਂ ਵੀ ਕਿੱਥੋਂ ਆਇਆ ਬਾਈ ਸਾਰਾ ਕੁਝ ਪੁੱਛ ਦਿਆਂਗੇ ਅਤੇ ਇਹ ਬੱਚੇ ਦਾ ਰੇਟ ਪੁੱਛਾਂਗੇ ਬੱਚਾ ਦੇਖ ਲਓ। ਬਾਈ ਜੀ ਕੀ ਹਾਲ ਚਾਲ ਨੇ? ਠੀਕ ਹੈ ਬਾਈ ਜੀ। ਕਿੱਥੋਂ ਆਏ ਹੋ? ਧਾਮਕੋਟ ਤੋਂ ਬਾਈ ਜੀ। ਧਾਮਕੋਟ ਤੋਂ ਠੀਕ ਹੈ। ਬੱਚਾ ਕਿੰਨੇ ਮਹੀਨੇ ਦਾ ਹੈ? ਬੱਚਾ ਹੈ ਵੀਰ 5 ਕੁ ਮਹੀਨਿਆਂ ਦਾ ਬੱਚਾ। ਠੀਕ ਆ। ਪੱਠਾ ਕਿ ਬੱਕਰਾ? ਬੱਕਰਾ ਜੀ। 5 ਕੁ ਮਹੀਨੇ ਦਾ ਨਾ? ਹਾਂਜੀ। ਠੀਕ ਹੈ। ਕੀ ਮੰਗਦਾ ਇਹਦਾ? ਇਹਦਾ 5,000 ਰੁਪਈਆ ਜੀ। 5 ਮਹੀਨੇ ਦਾ 5,000 ਰੁਪਈਆ। ਲਓ ਬਾਈ ਜੀ 5,000 ਰੁਪਈਆ ਮੰਗਿਆ ਬਾਈ ਨੇ ਦੇਖ ਸਕਦੇ ਹੋ। ਕਲਰ ਹੈਗਾ ਗਾ ਥੋੜ੍ਹਾ ਜਿਹਾ ਲਾਲੀ ਦੇ ਵਿੱਚ ਹੈਗਾ ਬਲੈਕ ਦੇ ਵਿੱਚ ਲਾਲੀ ਹੈ ਥੋੜ੍ਹੀ ਜੀ।
ਠੀਕ ਆ ਬਾਈ ਧੰਨਵਾਦ ਆ ਜਾਓ ਬਾਈ ਜੁੜੇ ਰਹੋ ਵੀਡੀਓ ਇੱਕ ਹੋਰ ਦਿਖਾਈ ਤੁਹਾਨੂੰ ਬਾਈ ਲਈ ਫਿਰਦਾ ਦੋ ਬੱਕਰੇ ਬੱਕਰੇ ਨੇ ਪੱਠਾ ਨੇ ਬਾਈ ਨਾਲ ਗੱਲਬਾਤ ਕਰਦੇ ਆਪਾਂ ਬਾਈ ਜੀ ਕੀ ਹਾਲ ਚਾਲ ਨੇ ਜੀ ਵਧੀਆ ਜੀ ਵਧੀਆ ਕਿੱਥੋਂ ਆਏ ਹੋ ਪੱਠਣਾ ਤੋਂ ਆਏ ਜੀ ਪੱਠਣਾ ਤੋਂ ਬਾਈ ਦੇਖ ਸਕਦੇ ਬਾਈ ਦਿਖਾ ਦੇ ਬੱਕਰੇ ਨੇ ਕਿ ਪੱਠਾ ਨੇ ਪੱਠਾ ਨੇ ਦੋਵੇਂ ਪੱਠਾ ਨੇ ਹਾਂ ਜੀ ਕਿੰਨੇ ਕਿੰਨੇ ਮਹੀਨੇ ਦੀਆਂ ਨੇ ਚਾਰ ਚਾਰ ਕੁ ਮਹੀਨੇ ਦੀਆਂ ਚਾਰ ਚਾਰ ਕੁ ਮਹੀਨੇ ਦੇ ਪੱਠਾ ਨੇ ਬਾਈ ਦੇਖ ਸਕਦੇ ਹੋ ਦਿਖਾ ਦੇ ਬਾਈ ਕਾਲੇ ਰੰਗ ਦੇ ਵਿੱਚ ਨੇ ਤੇ ਅੱਖਾਂ ਕਿਵੇਂ ਨੇ ਚਿੱਟੀਆਂ ਦੋਨਾਂ ਦੀਆਂ ਚਿੱਟੀਆਂ ਨੇ ਚਿੱਟੀਆਂ ਅੱਖਾਂ ਨੇ ਕਿੰਨੇ ਰੁਪਏ ਮੰਗਦੇ ਹੋ ਅੱਠ ਅੱਠ ਹਜ਼ਾਰ ਰੁਪਏ ਮੰਗਿਆ ਬਾਈ ਦੇਖ ਸਕਦੇ ਹੋ ਪੱਠਾ ਦਾ ਸੋਹਣੀਆਂ ਪੱਠਾ ਨੇ ਦਿਖਾ ਦੇ ਦਿਖਾ ਦੇ ਇੱਕ ਵਾਰ ਕੁਆਲਿਟੀ ਦੇਖ ਸਕਦੇ ਅੱਠ ਅੱਠ ਹਜ਼ਾਰ ਰੁਪਇਆ ਬਾਈ ਨੇ ਮੰਗਿਆ ਕਿੰਨੇ ਕਿੰਨੇ ਰੁਪਏ ਲੱਗ ਗਏ ਇਹਨਾਂ ਦੇ ਹਜ਼ਾਰ ਹੀ ਹੈ ਜੀ ਕੁਛ ਹਜ਼ਾਰ ਨੇ ਠੀਕ ਹੈ ਹਜੇ ਬਾਈ ਜੀ ਆਏ ਨੇ ਕਿੰਨੇ ਤੱਕ ਛੱਡ ਦੋਗੇ ਛੱਡ ਦੇਵਾਂਗੇ 13,000 ਤੱਕ 13,000 ਤੱਕ ਛੱਡ ਦੋਗੇ ਬਾਈ ਦੇਖ ਸਕਦੇ 16 ਮੰਗਿਆ ਹੈਗਾ ਬਾਈ ਕਹਿੰਦਾ 13 ਤੱਕ ਛੱਡ ਦੂੰਗਾ ਯਾਨੀ ਕਿ 6,500 ਰੁਪਏ ਛੱਡ ਦਾਂਗਾ ਚਲੋ ਆਏ ਹਰ ਜੀ ਅੱਗੇ ਚੱਲੀਏ ਚਲੋ ਜੀ ਦੋ ਬੱਚੇ ਹੋਰ ਦਿਖਾਉਣੇ ਹੋ ਸਾਨੂੰ ਆ ਜਾਓ ਬਾਈ ਜੀ ਕੀ ਹਾਲ ਨੇ ਬਾਈ ਜੀ ਵਧੀਆ ਜੀ ਕਿੱਥੋਂ ਆਏ ਹੋ ਬਾਲੀਆਂ ਤੋਂ ਜੀ ਬਾਲੀਆਂ ਤੋਂ ਕੀ ਇਹ ਬੱਕਰੇ ਨੇ ਪੱਠਾ ਨੇ ਪੱਠਾ ਪੱਠਾ ਦੋਨੀ ਪੱਠਾ ਨੇ ਹਨਾ ਕਿਹੜਾ ਰੰਗ ਵੱਜਦਾ ਇਹ ਨਾਗਰ ਨਾ ਲਾਲ 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 ਲੋਹਾ ਜਾਣਾ ਲਾਲ ਰੰਗ ਬਾਈ ਦੇਖ ਸਕਦੇ ਹੋ ਪੱਠਾ ਨੇ ਤੋਂ ਮੈਂ ਤੁਹਾਨੂੰ ਕੁਆਲਿਟੀ ਦਿਖਾ ਦਾਂ ਪੱਠਾ ਦੀ ਕਿੰਨੇ ਕਿੰਨੇ ਰੁਪਏ ਮੰਗਦੇ ਹੋ ਮੰਗਦਾ 5,000 5,000 ਰੁਪਇਆ ਸਿਰਫ 5,000 ਰੁਪਏ ਮੰਗਿਆ ਬਾਈ ਨੇ ਦੇਖ ਸਕਦੇ ਹੋ ਬਾਈ ਪੱਠਾ ਦਾ ਸੋਹਣੀਆਂ ਪੱਠਾ ਨੇ ਦੋਨੀ ਸਰ ਨਿਗਾਹ ਮਾਰਦੇ ਇੱਕ ਵਾਰ ਅਤੇ ਇੱਕ ਵਾਰੀ ਆਹ ਵੀ ਦਿਖਾ ਦੇ ਇਹ ਵੀ ਚਿੱਟੀ ਅੱਖਾਂ ਜੀ ਆ ਇਹ ਲਾਲ ਜੀ ਹੈ ਨਾ ਲਓ ਜੀ ਦੇਖ ਸਕਦੇ ਹੋ ਵੀ 5,000 ਰੁਪਏ ਮੰਗਿਆ ਕਿੰਨੇ ਕਿੰਨੇ ਮਹੀਨੇ ਦੀਆਂ ਨੇ ਤਿੰਨ ਤਿੰਨ ਮਹੀਨੇ ਦੀਆਂ ਪੱਠਾ ਨੇ ਬਾਈ ਸੋਹਣੀਆਂ ਪੱਠਾ ਨੇ ਦੇਖ ਸਕਦੇ ਹੋ 5,000 ਰੁਪਏ ਮੰਗਿਆ ਬਾਈ ਨੇ ਸਿਰਫ ਵਧੀਆ ਕੁਆਲਿਟੀ ਹੈਗੀ ਠੀਕ ਹੈ ਬਾਈ ਧੰਨਵਾਦ ਉਹ ਬਰਬਰੀ ਬਰਬਰੇ ਜੀ ਬਰਬਰੇ ਨੇ ਦੋਨੇ ਹਾਂਜੀ ਕਿੰਨੇ ਕਿੰਨੇ ਮਹੀਨੇ ਦੇ ਨੇ ਇਹ ਬਰਬਰੀਆਂ ਵੀ ਇਸ ਮੰਡੀ ਦੇ ਵਿੱਚ ਆਉਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਵੀਰੇ ਧੰਨਵਾਦ ਲਓ ਬਾਈ ਜੀ ਆਪਣੇ ਕੋਲ ਭੰਗੂ ਸਾਹਿਬ ਖੜੇ ਨੇ ਆਪਾਂ ਗੱਲਬਾਤ ਕਰ ਦਿੰਦੇ ਭੰਗੂ ਸਾਹਿਬ ਕੀ ਹਾਲ ਚਾਲ ਨੇ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਠੀਕ ਠਾਕ ਹੋ ਜੀ ਹਾਂ ਬਹੁਤ ਵਧੀਆ ਤੁਸੀਂ ਸੁਣਾਓ ਵਧੀਆ ਜੀ ਵਧੀਆ ਕਿੰਨੇ ਕੁ ਨਗ ਲੈ ਕੇ ਆਏ ਹੋ ਨਗ ਆਹੀ ਨੇ ਬਾਈ 10-12 ਲੈ ਕੇ 10-12 ਲੈ ਕੇ ਆਏ ਹੋ ਨਾ ਬੱਚੇ ਦਿਖਾ ਰਹੇ ਹੈਗੇ ਆਪਾਂ ਹਾਂਜੀ ਪਹਿਲਾਂ ਚਲ ਆਪਾਂ ਇਹਦੇ ਬਾਰੇ ਗੱਲਬਾਤ ਕਰਦੇ ਹਾਂ ਜਿਹੜਾ ਲਾਲ ਜਾਗ ਬਾਅਦ ਦੇ ਵਿੱਚ ਆਪਾਂ ਇੱਧਰ ਹੀਰੇ ਕਣੀ ਆਉਣੇ ਹੈਗੇ ਦੱਸੋ ਬਾਈ ਜੀ ਇਹਦੇ ਬਾਰੇ ਕਿੰਨੇ ਮਹੀਨਿਆਂ ਦਾ ਹੈ ਇਹ ਹੈਗਾ ਬਾਈ 4.5-4 ਮਹੀਨਿਆਂ ਦਾ ਲਓ ਜੀ 4.5-4 ਮਹੀਨੇ ਬੱਕਰਾ ਹੈ ਕਹਿਰਾ ਹੀ ਆ ਹਾਂਜੀ ਕਹਿਰਾ ਲਓ ਜੀ ਕਹਿਰਾ ਬੱਕਰਾ ਦੇਖ ਸਕਦੇ ਹੋ ਸਿੰਘ ਜਮਾ ਚੱਪੇ ਕੰਨ ਵੱਡੇ ਨੱਕ ਦੇਖ ਸਕਦੇ ਹੋ ਵਧੀਆ ਕੁਆਲਿਟੀ ਦੇ ਵਿੱਚ ਹੈਗਾ ਕਿੰਨੇ ਰੁਪਏ ਮੰਗਦੇ ਹੋ ਇਹਦਾ 9,000 ਜੀ 9,000 ਰੁਪਇਆ ਉਹ ਲਓ ਬਾਈ ਜੀ ਭੰਗੂ ਸਾਹਿਬ ਨੇ 9,000 ਰੁਪਏ ਮੰਗਿਆ ਕਿੰਨੇ ਰੁਪਏ ਲੱਗ ਕਿੰਨੇ ਰਹੇ ਨੇ ਕਹੇਗਾ ਲੱਗਿਆ ਨਹੀਂ ਕੁਛ ਨਹੀਂ 7,000 ਲੱਗ ਜਾਂਦਾ 7,000 ਲੱਗ ਜਾਂਦਾ ਲਓ ਜੀ ਹੁਣ ਇਹਦੇ ਕਣੀ ਆਉਣੇ ਹੈਗੇ ਬੜਾ ਸੋਹਣਾ ਬੱਚਾ ਨਾ ਭੰਗੂ ਸਾਹਿਬ ਹਾਂਜੀ ਹਾਂਜੀ ਥੱਲੇ ਕੁਦਰਤ ਦੇ ਥੱਲੇ ਉੱਤੇ ਛੱਡੋ ਪਰਲੀ ਸਾਈਡ ਛੱਡਦੇ ਆਪਾਂ ਦਿਖਾਉਣੇ ਤੁਹਾਨੂੰ ਬਾਈ ਦੇਖ ਸਕਦੇ ਹੋ ਚਿੱਜਮਾ ਚਿੱਟੇ ਕਲਰ ਦੇ ਵਿੱਚ ਹੈਗਾ ਤੇ ਗੁਲਾਬੀ ਆ ਹਨਾ ਇਹ ਹੈ ਕਿਹਦਾ ਪੰਗੂ ਸਾਹਿਬ ਕਿਹੜੀ ਬੱਕਰੀ ਦਾ ਆ ਇੱਧਰ ਜੰਮਦੀ ਆ ਹੀਰੇ ਇਹ ਦਿਖਾਓ ਮੜਾ ਜਿਹਾ ਬੱਕਰੀ ਦਿਖਾਓ ਬਾਈ ਜਿਹੜੀ ਤੁਹਾਨੂੰ ਚੀਜ਼ ਦੱਸਣੀ ਹੈ ਨਾ ਦਿਖਾਉਣੀ ਹੈਗੀ ਉਹ ਚੀਜ਼ ਦੇਖੋ ਬੱਕਰੀ ਦੇਖਣ ਨੂੰ ਤਾਂ ਪਹਾੜੀ ਹੈ ਅੱਛਾ ਪਰ ਬੱਚੇ ਬਹੁਤ ਸੋਹਣੇ ਕੱਢਦੀ ਹੈ ਬਾਈ ਦੇਖ ਸਕਦੇ ਹੋਗੇ ਬੱਚਾ ਬਰਾਬਰ ਜਾਣ ਵਾਲਾ ਹੋਣੀ ਇਹਦੇ ਬੱਕਰੀ ਵੀ ਦੇਖ ਨਿੱਕੀ ਜੀ ਹੈਗੀ ਬੱਚਾ ਦੇਖੋ ਕਿੰਨਾ ਸੋਹਣਾ ਕੱਢਿਆ ਨਿੱਕੀ ਜੀ ਬੱਕਰੀ ਨੇ ਬੱਚਾ ਦੇਖ ਸਕਦੇ ਹੋ ਤੁਸੀਂ ਬੜਾ ਸੋਹਣਾ ਬੱਚਾ ਕੱਢਿਆ ਨਾ ਯਾਰ ਭੰਗੂ ਸਾਹਿਬ ਇਹ ਕਿਵੇਂ ਹੋ ਗਿਆ ਜੀ ਇਹ ਕੁਦਰਤ ਦੇ ਰੰਗ ਨੇ ਜੀ ਪਤਾ ਹੀ ਨਹੀਂ ਹੁੰਦਾ ਕਈ ਵਾਰੀ ਸਾਡੇ ਕੋਲ ਨਾ ਹੋਇਆ ਬੋਕ ਹੁੰਦਾ ਨਾ ਬੱਕਰੀ ਹੁੰਦੀ ਹੈ ਬੱਚਾ ਪਤਾ ਨਹੀਂ ਕਿਹਾ ਨਿਕਲਿਆ ਵੀ ਕਈ ਵਾਰ ਆਪਾਂ ਉੱਚੇ ਕੱਦ ਦੀਆਂ ਬੱਕਰੀਆਂ ਭਾਲਦੇ ਰਹੇ ਨੇ ਵੀ ਆਪਾਂ ਉੱਚੇ ਕੱਦ ਦੀਆਂ ਬੱਕਰੀਆਂ ਭਾਲੀਆਂ ਨਾ ਪਰ ਇਹ ਤਾਂ ਕਮਾਲ ਹੋਈ ਪਈ ਹੈ ਇਹ ਕੋਈ ਕੋਈ ਆ ਜਾਂਦੇ ਨੇ ਬੱਕਰੀਆਂ ਵਿੱਚ ਜਿਵੇਂ ਕਿਸੇ ਕਿਸੇ ਦਾ ਹੁੰਦਾ ਵੀ ਪਤਾ ਹੀ ਨਹੀਂ ਕਿਹਾ ਰਿਜ਼ਲਟ ਕੱਢਦੇ ਬੜਾ ਸੋਹਣਾ ਕੱਢ ਹੁਣ ਆ ਬੱਚਾ ਇਹ ਤੋਂ ਉਮੀਦ ਹੀ ਨਹੀਂ ਸੀ ਇਹ ਕਿੰਨਾ ਵਧੀਆ ਕੱਢੀ ਜਾਂਦੇ ਨੇ ਸਹੀ ਗੱਲ ਹੈ ਹੁਣ ਜਿਹੜਾ ਬੰਦਾ ਆਉਂਦਾ ਬਾਈ ਬੱਚਾ ਦੇਣਾ ਕੱਲਾ ਦੇਣਾ ਮਹਾਂ ਨਾ ਯਾਰ ਕੱਲਾ ਨਹੀਂ ਦੇਣਾ ਸਹੀ ਗੱਲ ਹੈ ਕੱਲਾ ਨਹੀਂ ਵੇਚਣਾ ਜੀ ਨਾ ਕੱਲਾ ਨਹੀਂ ਵੇਚਣਾ ਬਾਈ ਕੱਲੇ ਦਾ ਬਹੁਤ ਗਾਹਕ ਫਿਰਦੇ ਨੇ ਅੱਛਾ ਜੀ ਕਹਿੰਦੇ ਕੱਲਾ ਮਹਾਂ ਨਾ ਇਹਦੇ ਸਿੰਘ ਆਉਣਗੇ ਜਾਂ ਨਹੀਂ ਸਿੰਘ ਤਾਂ ਬਾਈ ਦੇਖੋ ਇਹਦੇ ਮੇਰੇ ਖਿਆਲ 'ਚ ਤਾਂ ਆ ਰਹੇ ਨੇ ਹਾਂ ਆਉਣਗੇ ਲਓ ਜੀ ਸਿੰਘ ਆਉਣਗੇ ਦੇਖ ਸਕਦੇ ਸੋਹਣਾ ਬਣੂ ਹਾਂ ਆ ਗਏ ਜੀ ਆ ਗਏ ਕਿੰਨੇ ਮਹੀਨੇ ਦਾ ਹੋ ਗਿਆ ਇਹ ਮਹੀਨਾ ਕਿਹੜਾ 20 ਦਿਨਾਂ ਦਾ ਜੀ 20 ਦਿਨਾਂ ਦਾ ਹਾਂ ਕਿੰਨੇ ਰੁਪਏ ਮੰਗ ਕਰਦੇ ਇਹਨਾਂ ਦੋਨਾਂ ਦਾ 13,000 ਰੁਪਏ ਮੰਗਿਆ ਬਈ ਆਪਾਂ ਕੁੱਲ 13,000 ਰੁਪਏ ਬਾਈ ਜੈ ਜਪਣੇ ਵੀ ਮੰਗਣ ਦਾ ਬਾਹਲਾ ਕੀ ਫਾਇਦਾ ਜਿੰਨੇ ਦੀ ਚੀਜ਼ ਹੈ ਵਿਕੂ ਤੁਹਾਨੂੰ ਦੀ ਪਹਾੜੀ ਬੱਕਰੀ ਦਾ ਥੋੜਾ ਰੇਟ ਘੱਟ ਹੁੰਦਾ ਨਾ ਸਹੀ ਗੱਲ ਹੈ ਜੀ 13,000 ਰੁਪਏ ਮੰਗਿਆ ਬਾਈ ਕੁੱਲ
ਨਾਲ ਮਾਂ ਤੇ ਨਾਲ ਬੱਚਾ ਬੱਕਰਾ ਕਿ ਪੱਠਾ ਹੈ ਬੱਕਰਾ ਜੀ ਬੱਕਰਾ ਹੈ ਹਨਾ ਬੱਕਰਾ ਬਈ ਦੇਖ ਸਕਦੇ ਹੋਗੇ ਲਓ ਬਾਈ ਜੀ ਹੋਰ ਬੱਚੇ ਦਿਖਾਈ ਆਪਣੇ ਨੇ ਆ ਜਾਓ ਬਾਈ ਜੀ ਕੀ ਹਾਲ ਨੇ ਵੀਰੇ ਵਧੀਆ ਜੀ ਕਿੱਥੋਂ ਆਏ ਹੋ ਕੋਟ ਦੁੰਨੇ ਤੋਂ ਜੀ ਕੋਟ ਦੁੰਨੇ ਤੋਂ ਆਏ ਨੇ ਬਾਈ ਪੜੂਸਰ ਦੇ ਪਿੰਡ ਤੋਂ ਨਾ ਹਾਂਜੀ ਠੀਕ ਹੈ ਜੀ ਆ ਬੱਚੇ ਬਾਰੇ ਦੱਸੋ ਬਾਈ ਫਿਰ ਇੱਧਰ ਨਿਗਾਹ ਮਾਰਦੇ ਬੱਚਾ ਕੰਨ ਦੇਖੋ ਬਾਈ ਪਹਿਲਾਂ ਤਾਂ ਬੜੇ 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 ਕੰਨ ਨੇ ਕਿੰਨੇ ਮਹੀਨੇ ਦਾ ਬੱਚਾ ਇਹ ਇਹ ਉਹ 5 ਕੁ ਮਹੀਨੇ ਦੀ ਬੱਠਾ ਹੈ ਉਹ ਪਰਲਾ ਹਾਂਜੀ ਉਹ ਸਾਨੂੰ ਪਰਲੇ ਦੇ ਮਾਰ 5 ਕੁ ਮਹੀਨੇ ਦਾ ਬੱਚਾ ਬਈ ਦੇ ਸਕਦੇ ਹੋ ਬਾਈ ਕੱਢੀ ਬਾਰੇ ਬਾਈ ਇੱਕ ਵਾਰੀ ਫੜ ਕੇ ਨੂੰ ਤੋੜ ਲਿਆ ਕਰ ਜਿਹੜੇ ਬਾਰੇ ਪੁੱਛਾਂਗੇ ਤੋੜ ਲਿਓ ਬਾਈ ਖੋਲ ਲਾ 5 ਕੁ ਮਹੀਨੇ ਦਾ ਬੱਚਾ ਬਾਈ ਦੇਖ ਸਕਦੇ ਹੋਗੇ ਕਿੰਨੇ ਰੁਪਏ ਮੰਗਦੇ ਹੋ ਇਹ ਤਾਂ 10 ਮੰਗਦੇ ਹਾਂ ਉੱਚੀ ਬੋਲ ਲਾ ਬਾਈ 10,000 ਰੁਪਏ ਮੰਗਦੇ ਨੇ ਬਾਈ ਦੇਖ ਸਕਦੇ ਹੋ ਸੋਹਣਾ ਬੱਚਾ ਹੈਗਾ ਸਿੰਗ ਵਧੀਆ ਨੇ ਨੱਕ ਵਧੀਆ ਅਤੇ ਕੰਨ ਵੀ ਦੇ ਜਾਂਦਾ ਪੂਰੇ ਚੌੜੇ ਚੌੜੇ ਕੰਨ ਨੇ 10,000 ਰੁਪਏ ਮੰਗਿਆ ਠੀਕ ਆ ਜੀ ਅਤੇ ਕਾ ਆ ਜਾ ਬਾਈ ਸਾਨੂੰ ਇੱਧਰ ਦਿਖਾ ਉਹ ਬੱਚੇ ਦਾ ਕਿੰਨੇ ਮਹੀਨੇ ਦਾ ਬੱਚਾ ਉਹ ਵੀ 5 ਮਹੀਨੇ ਦੀ ਉਹ ਵੀ 5 ਮਹੀਨੇ ਦਾ ਕਿੰਨੇ ਰੁਪਏ ਮੰਗਦੇ ਤੇ ਇਹਦਾ ਵੀ 10 ਹੀ ਮੰਗਦੇ ਇਹਦਾ ਵੀ 10 ਹੀ ਮੰਗਦੇ ਹੋਗੇ ਠੀਕ ਆ ਜੀ ਦੇਖ ਸਕਦੇ ਹੋ 5 ਮਹੀਨੇ ਦਾ ਬੱਚਾ ਬੱਕਰਾ ਹੀ ਆ ਵੀ ਪੱਠਾ ਜੀ ਪੱਠਾ ਅਸਾ ਇਹ ਪੱਠਾ ਲਓ ਜੀ ਇਹ ਪੱਠਾ ਉਹ ਕੀ ਆ ਉਹ ਵੀ ਪੱਠਾ ਗੀ ਲਓ ਬਾਈ ਜੀ ਦੋਏ ਪੱਠਾ ਨੇ ਗਲਤੀ ਲੱਗ ਗਈ ਸੀਗੀ ਉਹਨਾਂ ਦਾ 10,000 ਰੁਪਏ ਮੰਗ ਰਿਹਾ ਬਾਈ ਦੇਖ ਸਕਦੇ ਆਹ ਬੱਕਰਾ ਆ ਗਿਆ ਨਾ ਇਹ ਕਿੰਨੇ ਮਹੀਨੇ ਦਾ ਇਹ ਹੋਊਗੀ 4 ਦਾ ਮੰਗੂ 4 ਮਹੀਨੇ ਦਾ ਵੱਧਾ ਯਾਰ ਵੱਧਾ ਇਹਦਾ ਵੱਧਾ ਕਿੰਨੇ ਰੁਪਏ ਮੰਗਦੇ ਨੇ ਇਹਦਾ 20 ਇਹਦਾ 20,000 ਰੁਪਏ ਮੰਗਿਆ ਬਾਈ ਦੇਖ ਸਕਦੇ ਹੋਗੇ 20,000 ਰੁਪਏ ਮੰਗ ਰਹੇ ਬਾਈ ਇਹਦਾ ਠੀਕ ਹੈ ਵੀਰੇ ਧੰਨਵਾਦ ਕੀ ਹਾਲ ਨੇ ਵੀਰੇ ਠੀਕ ਹੈ ਬਾਈ ਆ ਬੋਲਦਾ ਨਾ ਗੜਕ ਕੇ ਪਹਿਲਾਂ ਤਾਂ ਬੋਲਿਆ ਨੀ ਯਾਰ ਬਾਈ ਕਿੱਥੋਂ ਆਇਆ ਖੜਿਆਲ ਤੋਂ ਜੀ ਖੜਿਆਲ ਤੋਂ ਹਾਂ ਵਾਹ ਜੀ ਵਾਹ ਕਿੰਨਾ ਟਾਈਮ ਹੋਇਆ ਕੰਮ ਕਰਦੇ ਨੂੰ 2 ਸਾਲ ਹੋ ਗਏ ਜੀ 2 ਸਾਲ ਹੋ ਗਏ ਮੁਨਾਫਾ ਹੈਗਾ ਕਿ ਨਹੀਂ ਹੈਗਾ ਦੇ ਵਿੱਚ ਹੈਗਾ ਜੀ ਹੈਗਾ ਹੈਗਾ ਕਿੰਨਾ ਕੁ ਮੁਨਾਫਾ ਵਾਧੂ ਵਾਧੂ ਆ ਇਹ ਤਾਂ ਕਰਨ ਦਾ ਤਰੀਕਾ ਚਾਹੀਦਾ ਠੀਕ ਆ ਹਾਂ ਕਿਹੜਾ ਤਰੀਕਾ ਹੋਣਾ ਚਾਹੀਦਾ ਕਿਵੇਂ ਬਿਨਾ ਇੱਕ ਨਵਾਂ ਬੰਦਾ ਕਿਵੇਂ ਕਰੇ ਨਵਾਂ ਬੰਦਾ ਕੋਈ ਵਪਾਰੀ ਨਾਲ ਰਲੇ ਅੱਛਾ ਸਾਂਝ ਕਰੇ ਸਾਂਝ ਕਰੇ ਹਾਂ ਜਮਿਆ ਵਪਾਰੀ ਹੁਣ ਇਹਦੇ ਨਾਲ ਰਲਿਆ ਜੀ ਮੈਂ ਅੱਛਾ ਇਹਦੇ ਨਾਲ ਬਾਈ ਨਾਲ ਹਾਂ ਠੀਕ ਆ ਇਹਦੇ ਨਾਲ ਪਾਇਆ ਬੰਦਾ ਅੱਜ ਫਾਇਦਾ ਹੋ ਰਿਹਾ ਫਾਇਦਾ ਹੋ ਰਿਹਾ ਆਪਾਂ ਨੂੰ ਫੁੱਲ ਠੀਕ ਆ ਤੇ ਕਾ ਬੱਚਾ ਕੀ ਹੈ ਬੱਕਰਾ ਹੈਗਾ ਬੱਕਰਾ ਜੀ ਲਓ ਬਾਈ ਦੇਖ ਸਕਦੇ ਬੱਕਰਾ ਕਿੰਨੇ ਦਾ ਹੁੰਦਾ ਇਹ ਖੀਰਾ ਜੀ ਕਿੰਨੇ ਮਹੀਨੇ ਦਾ ਇਹ ਤਾਂ ਜੀ ਹਲੇ 8 ਕੁ ਮਹੀਨੇ ਦਾ ਜੀ ਬੱਚਾ ਲਓ ਜੀ 8 ਕੁ ਮਹੀਨੇ ਦਾ ਬੱਚਾ ਦੇਖ ਸਕਦੇ ਹੋਗੇ ਕੁਆਲਿਟੀ ਦੇਖੋ ਬੱਚੇ ਦੇ ਨਾ ਚਿੱਟੀ ਅੱਖ ਨਾ ਲਾਲ ਅੱਖ ਦਾ ਨਾ ਲਾਲ ਆ ਗਈ ਜੀ ਚਲੋ ਕੋਈ ਗੱਲ ਨਹੀਂ ਅੱਖ ਦਾ ਕੋਈ ਮੈਟਰ ਨਹੀਂ ਕੰਨ ਦੇਖ ਸਕਦੇ ਹੋ ਬਾਈ ਲੰਬੇ ਲੰਬੇ ਕੰਨ ਕਿੰਨੇ ਰੁਪਏ ਮੰਗਦੇ ਤੇ ਜੱਟ ਮੰਗਦਾ 11,000 ਆ ਜੀ 11,000 ਰੁਪਏ ਮੰਗਦਾ ਕਿੰਨੇ ਤੱਕ ਛੱਡ ਦੇਗਾ 9,000 ਤੱਕ ਬਾਈ ਕਹਿੰਦਾ ਵੀ ਛੱਡ ਦਾਂਗੇ ਬੱਚਾ ਦਿਖਾ ਦੇ ਹਨ ਇੱਕ ਵਾਰ ਥੱਲੇ ਕਰਕੇ ਜਮਾ ਪੂਰਾ ਝਾਂਜਰਾ ਭਰ ਕੇ ਨੇ ਬੱਕਰੇ ਦੇ ਵੀ ਹੋਰ ਫਿਰ ਟੋਰ ਤਾਂ ਬਣਾਉਣੀ ਪੈਂਦੀ ਹੈ 11,000 ਦਾ ਸਿੰਘਾਉਣਾ ਪੈਂਦਾ ਬਾਅਦ ਮੇਂ ਕੁਛ ਮਰਜ਼ੀ ਹੋ ਜੇ ਸਹੀ ਗੱਲ ਹੈ ਜੀ ਵਿਆਹਣ ਵਾਸਤੇ 11 ਦਾ ਹਾਂ 11 ਦਾ ਸ਼ਿੰਗਾਰ ਪਾਉਣਾ ਹੀ ਪੈਂਦਾ ਹੈ ਠੀਕ ਹੈ ਚਲ ਠੀਕ ਹੈ ਬਾਈ ਧੰਨਵਾਦ ਬੜਾ ਵਧੀਆ ਬੋਲਿਆ ਬਾਈ ਧੰਨਵਾਦ ਲਓ ਬਾਈ ਜੀ ਲੱਕੀ ਬਾਈ ਖੜਿਆ ਆਪਣੇ ਕੋਲੇ ਕਾਲੇ ਕਾਲਾ ਬਾਈ ਹਾਂ ਕਾਲੇ ਕਾਲਾ ਬਾਈ ਕਾਲੇ ਕਾਲਾ ਬਾਈ ਬਾਈ ਕਬੱਡੀ ਖੇਡਦਾ ਨਾ ਇੱਧਰ ਆ ਗਿਆ ਬੱਕਰੀ ਪਾਲਣ ਦੇ ਵਿੱਚ ਕੀ ਹੋਇਆ ਸੀ ਬਾਈ ਵੀ ਇੱਧਰ ਕਿਵੇਂ ਆ ਗਿਆ ਸੀ ਬਾਈ ਬਸ ਨੇਰਾ ਕ ਵੇਲਾ ਹੋ ਜਾਂਦਾ ਇੱਕ ਤੈਨੂੰ ਪਤਾ ਹੁਣ ਮੂਰੇ ਤੋਂ ਤੰਦ ਪੈਣ ਲੱਗੇ ਸਿਆਲ 'ਚ ਮੈਚ ਹੁੰਦੇ ਆ ਵੇਲਾ ਕ ਵੇਲਾ ਹੋ ਜਾਂਦਾ ਵੇਲੇ ਕ ਵੇਲੇ ਦੇ ਕਾਰਨ ਨਾਲੇ ਹੁਣ ਘਰੇ ਦੇ ਘਰੇ ਨਾਲੇ 2 ਰੁਪਏ ਬਣ ਜਾਂਦੇ ਬਾਈ ਸਹੀ ਗੱਲ ਆ ਫਾਇਦਾ ਉਹਨਾਂ ਦੇ ਵਿੱਚ ਬਹੁਤ ਫਾਇਦਾ ਬਾਈ ਸਹੀ ਗੱਲ ਹੈ ਹੁਣ ਆਪਣੇ ਨਾਲੇ 20-25 ਨਾਗਾ ਕਰੇ ਅੱਛਾ ਵੱਡੀਆਂ ਬੱਕਰੀਆਂ ਨੇ ਕੋਈ 20 ਕੁ ਵੱਡੀਆਂ ਬੱਕਰੀਆਂ ਨੇ ਬਾਕੀ ਮੇਵਣੇ ਹੋ ਗਏ ਮਾਰ ਪੱਠਾ ਪੁੱਠਾ ਹੋ ਗਈਆਂ 25-26 ਨਾਗ ਹੋ ਗਏ ਠੀਕ ਬਾਕੀ 2 ਲਲੀਆਂ ਤੋਂ ਵੇਚਤੀਆਂ ਚੱਲੀ ਜਾਂਦਾ ਵਧੀਆ ਫਾਇਦਾ ਹੈਗਾ ਇਹਦੇ ਵਿੱਚ ਬੱਕਰੀ ਪਾਲਣ ਦੇ ਵਿੱਚ ਪੂਰਾ ਵਧੀਆ ਬਾਈ ਆਪਾਂ ਦਾ ਪੂਰਾ ਵਧੀਆ ਲੱਗ ਰਿਹਾ ਠੀਕ ਹੈ ਜੀ ਬਾਕੀ ਲੋਟਾਂ ਦੀ ਸੋਚ ਹੈ ਡੋਡੀ ਚਲੋ ਸੋਚ ਹੈ ਡੋਡੀ ਹਨਾ ਬੱਚੇ ਲੈ ਕੇ ਆਏ ਅੱਜ ਹਾਂ ਬੱਚੇ ਲੈ ਕੇ ਆਂ ਬਾਈ ਦੱਸ ਬਈ ਚਲ ਆ ਬੱਚੇ ਬਾਰੇ ਦੱਸ ਪੱਠਾ ਬਾਈ ਇਹ ਪੱਠਾ ਹੈ ਹਾਂ ਬਾਈ ਬਾਈ ਦੇਖ ਸਕਦੇ ਹੋ ਪੱਠਾ ਹੀ ਕਿੰਨੇ ਮਹੀਨੇ ਦੀ ਇਹ ਬਾਈ 3.5 ਮਹੀਨੇ ਦੀ ਹੋਊਗੀ 3.5 ਮਹੀਨੇ ਦੀ ਪੱਠਾ ਬਾਈ ਦੇਖ ਸਕਦੇ ਹੋਗੇ ਚਿੱਟੀ ਅੱਖਾਂ ਦੇ ਵਿੱਚ ਆ ਗਈ ਕਿਹੜਾ ਰੰਗ ਕਿਹੜਾ ਵੱਜਦਾ ਇਹ ਨਾਗਰਾ ਆ ਵੱਜਦਾ ਬਾਈ ਨਾਗਰਾ ਜਾਣਾ 3.5 ਮਹੀਨੇ ਦੀ ਕਿੰਨੇ ਰੁਪਏ ਮੰਗਦੇ ਤੇ ਇਹਦਾ ਬਾਈ 6,000 ਰੁਪਏ ਮੰਗਦੇ 6,000 ਰੁਪਏ ਕੁੱਲ ਉਹ ਬਾਈ 6,000 ਰੁਪਏ ਮੰਗਿਆ ਬਾਈ ਨੇ ਦੇਖ ਸਕਦੇ ਹੋਗੇ 3.5 ਮਹੀਨੇ ਦੀ ਪੱਠਾ ਜੀ ਤੇ ਆ ਸ਼ੇਰੀ ਜੀ ਇਹ ਬੱਕਰੇ ਆ ਬਾਈ ਤਿੰਨੇ ਅਸੇ ਤਿੰਨੇ ਬੱਕਰੇ ਆ ਕਿੰਨੇ ਕਿੰਨੇ ਮਹੀਨੇ ਨੇ ਤਿੰਨੇ ਇਹ ਬਾਈ ਇਹ 3.5 ਮਹੀਨੇ ਦੀ ਹੈ ਸਾਰੇ ਇੱਕੋ ਹੀ ਪਲਾਟ ਦੇ ਬੱਚੇ ਨੇ ਮਤਲਬ ਕਿ ਇਹ ਬੱਕਰੀਆਂ ਦੇ ਕਿੰਨੇ ਰੁਪਏ ਮੰਗਦੇ ਨੇ ਇਹ ਇਹ ਸਾਰਿਆਂ ਦੇ ਬਾਈ 15,000 ਰੁਪਏ ਮੰਗਦੇ ਤਿੰਨਿਆਂ ਦਾ ਤਿੰਨਾਂ ਦਾ 15,000 ਕਿੰਨੇ ਕਿੰਨੇ ਰੁਪਏ ਹੋ ਗਏ ਤੇ 15,000 ਹੋ ਗਿਆ ਤਿੰਨਾਂ ਦਾ 5-5,000 ਰੁਪਏ ਹੋ ਗਏ ਲਓ ਬਾਈ ਜੀ 6,000 ਰੁਪਏ ਮੰਗਦੇ 5-5,000 ਰੁਪਏ ਇਹਨਾਂ ਦਾ 6,000 ਰੁਪਏ ਪੱਠ ਦਾ ਇਹਦੇ ਬਾਰੇ ਦੱਸ ਵੀਰੇ
ਇਹ ਬੱਕਰਾ ਬਾਈ 4 ਕਿ ਮਹੀਨੇ ਦਾ ਆਪਣਾ 4 ਕਿ ਮਹੀਨੇ ਦਾ ਬੱਚਾ 4 ਕਿ ਮਹੀਨੇ ਦਾ ਬੱਚਾ ਬੱਕਰਾ ਬਾਈ ਦੇਖ ਸਕਦੇ ਹੋ ਕਿੰਨੇ ਰੁਪਏ ਮੰਗਦੇ ਤੇ ਇਹਦਾ ਬਾਈ 7000 ਰੁਪਏ ਮੰਗਦੇ ਇਹਦਾ 7000 ਰੁਪਿਆ ਤੇ ਕਾ ਬੱਚਾ ਖੜਿਆਗਾ ਇਹ ਵੀ ਬੱਕਰਾ ਬਾਈ ਇਹ ਵੀ ਬੱਕਰਾ ਇਹ ਹੋਊਗਾ 8-9 ਮਹੀਨੇ ਦਾ ਇਹ ਹੋ ਗਿਆ ਹਾਂ 8 ਕਿ ਮਹੀਨੇ ਦਾ ਹੈਗਾ ਬਾਈ ਸਾਡੇ ਇਹਦੇ ਕਿੰਨੇ ਰੁਪਏ ਮੰਗਦੇ ਹੋ ਇਹਦਾ ਰੁਪਏ 15000 ਮੰਗਦੇ ਬਾਈ ਇਹਦਾ 15000 ਰੁਪਏ ਇਹਦਾ ਇੰਨੇ ਕਾ ਤੋਂ ਬਾਈ ਇਹ ਬਾ ਕੰਨ ਗੁਣਾ ਦਾ ਫਰਕ ਆ ਬਾਈ ਇਹਦਾ ਦੂਜਾ ਅੱਛਾ ਬਾਕੀ ਕਾਲੇ ਰੰਗ ਚ ਆ ਗਿਆ ਬਲੈਕ ਚ ਆ ਗਿਆ ਸਹੀ ਗੱਲ ਆ ਬਾਈ ਕਾਲੇ ਰੰਗ ਚ ਆ ਗਿਆ ਤੇ ਇਹਦਾ 15000 ਰੁਪਏ ਹਨਾ ਤੇ ਕਿਹੜੇ ਆ ਬੱਚੇ ਖੜੇ ਤਿੰਨ ਇਹ ਕੀ ਨੇ ਬੱਕਰੇ ਨੇ ਤਿੰਨ ਇਹ ਬੱਕਰੀ ਆ ਬਾਈ ਸਾਰੇ ਬੱਕਰੇ ਗੱਡੀ ਦੇ ਸਾਰੇ ਬੱਕਰੇ ਨੇ ਬੱਕਰੀ ਨੇ ਸਾਰੇ ਬਾਈ ਬੱਕਰੇ ਕਾਹਦੇ ਵਾਸਤੇ ਇੰਨੇ ਬੱਕਰੇ ਬੱਕਰੇ ਬਾਈ ਇਹ ਪਾਲੇ ਸੀ ਮਤਲਬ ਕਿ ਦਵਾਲੀ ਦੂਲੀ ਵਾਸਤੇ ਵੀ ਐ ਕਰਕੇ ਮੁਰੇ ਸਾਨੂੰ ਲਾਏ ਸਿਆਲ ਵਾਸਤੇ ਠੀਕ ਆ ਬਾਕੀ ਇਹਨਾਂ ਸਿਆਲ ਚ ਬੱਕਰਿਆਂ ਦੀ ਠੀਕ ਆ ਇਹਦੇ ਕਿੰਨੇ ਕਿੰਨੇ ਰੁਪਏ ਤਿੰਨਿਆਂ ਦੇ ਇਹਨਾਂ ਦਾ ਬਾਈ ਰੁਪਿਆ ਇਹਦਾ ਵੀ 14000 ਮੰਗਦੇ ਆ ਜੀ ਇਹਦਾ ਸੱਲੇਣਾ ਦਾ 12-12000 ਮੰਗਦੇ ਆ ਇਹਨਾਂ ਦਾ 12-12000 ਯਾਰ ਹਾਂ ਇਹ ਕਿਉਂ ਵੱਡਾ ਆ ਗਿਆ ਨਾ ਇਹਨਾਂ ਦੂਜਿਆਂ ਨੂੰ ਠੀਕ ਆ ਜੀ ਇਹਦਾ ਵਜਨ ਦੇ ਹਿਸਾਬ ਨਹੀਂ ਵਿਕਣੇ ਬਾਈ ਹਾਂ ਇਹ ਤਾਂ ਵਜਨ ਦੇ ਹਿਸਾਬ ਤੇ ਜਾਣਗੇ ਨਾ ਚਲੋ ਠੀਕ ਆ ਲੱਕੀ ਬਾਈ ਠੀਕ ਆ ਬਾਈ ਓਕੇ ਬਾਈ ਲਓ ਬਾਈ ਜੀ ਇਹ ਸੀਗੇ ਬੱਚਿਆਂ ਦੇ ਰੇਟ ਉਮੀਦ ਕਰਦੇ ਕਿ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤਾਂ ਜੋ ਅੱਗੇ ਕਿਸੇ ਵੀਰ ਦੇ ਕੰਮ ਆ ਸਕੇ ਧੰਨਵਾਦ